वाहिगुरु जी सतनाम एक ओंकार सतनाम करता पुरख निरभउ निर्वैर अकाल मूरत अजूनी सह भंग गुर प्रसाद जप याद सच जुगाद सचे है पी सचे नानक हो सी पी सचे पागा वाली लुट दे लुट पैंदी राम नाम दी भागा वाले लुट दे लुट पैंदी राम नाम दी भागा भागा वाले लुट दे लुट पैंदी राम नाम दी ਭਾਗਾਂ ਵਾਲੇ ਲੁੱਟਦੇ ਨੇ ਭਾਗਾਂ ਵਾਲੇ ਲੁੱਟਦੇ ਲੁੱਟ ਪੈਂਦੀ ਰਾਮ ਨਾਮ ਦੀ ਭਾਗਾਂ ਵਾਲੇ ਲੁੱਟਦੇ ਲੁੱਟ ਪੈਂਦੀ ਰਾਮ ਨਾਮ ਦੀ ਲੁੱਟਦੇ ਲੁੱਟ ਪੈਂਦੀ ਰਾਮ ਨਾਮ ਦੀ ਭਾਗਾਂ ਵਾਲੇ ਲੁੱਟਦੇ ਲੁੱਟ ਪੈਂਦੀ ਰਾਮ ਨਾਮ ਦੀ ਲੁੱਟ ਪੈਂਦੀ ਰਾਮ ਨਾਮ ਲੁੱਟਦੇ ਲੁੱਟ ਪੈਂਦੀ ਰਾਮ ਨਾਮ ਦੀ ਭਾਗਾਂ ਵਾਲੇ ਲੁੱਟਦੇ ਲੁੱਟ ਪੈਂਦੀ ਰਾਮ ਨਾਮ ਦੀ ਲੁੱਟਦੇ ਲੁੱਟ ਪੈਂਦੀ ਰਾਮ ਨਾਮ ਦੀ ਭਾਗਾਂ ਵਾਲੇ ਲੁੱਟਦੇ ਲੁੱਟ ਪੈਂਦੀ ਰਾਮ ਨਾਮ ਦੀ ਹੈ ਤੂੰ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਚੀ ਬਚਦਾ ਹੋਗੀ ਜਬ ਪ੍ਰਣ ਜਾਏਂਗੇ ਲੂਟ ਕਬੀਰ ਲੂਟਣਾ ਹੈ ਤੂੰ ਲੁੱਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾ ਹੋਂਗੇ ਜਬ ਪ੍ਰਾਣ ਜਾਏਂਗੇ ਛੂਟ ਪਰਮ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਸਾਧ ਸੰਗਤ
ਗੁਰੂਆਂ ਦੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਅਪਾਰ ਬਖਸ਼ਿਸ਼ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਜੋ ਤੂੰ ਜੁਗਤ ਸਹਿ ਸਹਿ ਕਾਇਆ ਫਿਰ ਪਲਟੀ ਹੈ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਆਗਮਨ ਪੁਰਬ ਔਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਹਰਭਜਨ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਹਰਭਜਨ ਸਿੰਘ ਜੀ ਜਿਨ੍ਹਾਂ ਦੇ ਚਰਨਾਂ ਦਾ ਆਨੰਦ ਮਾਣਿਆ ਜਿਨ੍ਹਾਂ ਦੀ ਗੋਦ ਦਾ ਆਨੰਦ ਮਾਣਿਆ ਜਿਨ੍ਹਾਂ ਦੇ ਪਾਵਨ ਪਵਿੱਤਰ ਸਰੀਰ ਦੀ ਆਪਣੇ ਕਰ ਕਮਲਾਂ ਨਾਲ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸਾਡੇ ਸਤਿਕਾਰਯੋਗ ਬਾਬਾ ਲਖਵੀਰ ਸਿੰਘ ਜੀ ਭੈਣੀ ਕਿਉਂਕਿ ਮਾਂ ਪਿਓ ਦੀ ਸੇਵਾ ਅਤੇ ਮਾਂ ਪਿਓ ਦੀ ਪ੍ਰਸੰਨਤਾ ਜੇ ਦੁਨਿਆਵੀ ਮਾਤਾ ਪਿਤਾ ਦੀ ਸੇਵਾ ਕਰਨੀ ਔਰ ਦੁਨਿਆਵੀ ਮਾਤਾ ਪਿਤਾ ਦੀ ਸੇਵਾ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਦਾਸ ਦੇ ਗੁਰਦੇਵ ਸਿਆਲ ਸਾਹਿਬ ਵਾਲੇ ਬਚਨਾਂ ਨਾਲ ਬਖਸ਼ਿਸ਼ ਕਰਿਆ ਕਰਦੇ ਸਨ ਜੀ ਨੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਨਾ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਲਾ ਅਤੇ ਗੁਰੂ ਨਾਨਕ ਦੀਆਂ ਖੁਸ਼ੀਆਂ ਝੋਲੀ ਪੈ ਗਈਆਂ ਬੋਲੋ ਸਤਨਾਮ ਜਨਮ ਦੇਣ ਵਾਲੇ ਮਾਤਾ ਪਿਤਾ ਦੀ ਸੇਵਾ ਕਰ ਲੈ ਔਰ ਗੁਰੂ ਘਰ ਤੋਂ ਵਰੋਸਾਏ ਹੋਏ ਮਹਾਂਪੁਰਖ ਇੱਕ ਵਾਰ ਸਿਆੜ ਸਾਹਿਬ ਗਏ ਧੰਨ ਬਾਬਾ ਹੈੱਡ ਰਾਗੀ ਭਾਈ ਕੇਹਰ ਸਿੰਘ ਜੀਆਂ ਦੇ ਨਾਲ ਅੱਗੇ ਵੀ ਦਾਸ ਨੇ ਬਚਨਾਂ ਦੀ ਸਾਂਝ ਕੀਤੀ ਹੈ ਸਭ ਨੂੰ ਪ੍ਰਸ਼ਾਦ ਦਿੱਤਾ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਜਦੋਂ ਬਾਬਾ ਹਰਭਜਨ ਸਿੰਘ ਜੀ ਕਹਿੰਦੇ ਸਾਡੀ ਵਾਰੀ ਆਈ ਉਦੋਂ ਹੱਥ ਸੰਕੋਚ ਲਿਆ ਖੜ ਗਏ ਔਰ ਸੰਕੋਚ ਲਿਆ ਅਸੀਂ ਹੱਥ ਜੋੜ ਕੇ ਖੜ ਗਏ ਹੋ ਸਕਦਾ ਸਾਡੇ ਤੋਂ ਕੋਈ ਭੁੱਲ ਹੋ ਗਈ ਹੋਵੇ ਕੋਈ ਗਲਤੀ ਹੋ ਗਈ ਹੋਵੇ ਅੱਜ ਸਮੱਤ ਮਿਲੂਗੀ ਸਮੱਤ ਦੇਣਗੇ ਔਰ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਇਹ ਬਚਨ ਆਪਣੇ ਸਨਮੁੱਖ ਬਿਠਾ ਕੇ ਨਾਨਕ ਸਰ ਭਗਤੀ ਸ਼ਕਤੀ ਦਾ ਘਰ ਬਾਬਾ ਜੀ ਨੇ ਜਿੱਥੇ ਆਸਣ 'ਤੇ ਬੈਠ ਕੇ ਸੰਗਤਾਂ ਦੇ ਦੀਦਾਰ ਕਰਦੇ ਸੰਗਤਾਂ ਨੂੰ ਦੀਦਾਰ ਬਖਸ਼ਦੇ ਉਸ ਤੋਂ ਬਾਅਦ ਅੰਦਰ ਕਮਰੇ ਵਿੱਚ ਚਲੇ ਜਾਣਾ ਉੱਥੇ ਦਾਸ ਨੂੰ ਬਿਠਾ ਲੈਣਾ ਇਹ ਉਹਨਾਂ ਦੀ ਵਡਿਆਈ ਹੈ ਮੈਂ ਇੰਨਾ ਲਾਇਕ ਨਹੀਂ ਕਿੱਡੇ ਵੱਡੀ ਕਮਾਈ ਵਾਲੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੈਠਣਾ ਉੱਥੇ ਯਾਦ ਆਉਂਦਾ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਪਤਾ ਨਹੀਂ ਇਸ ਗੰਦਗੀ ਦੇ ਕੀੜੇ ਵਿੱਚ ਕੀ ਦੇਖਿਆ ਕਿ ਦ੍ਰਿਸ਼ਟੀ ਪਾਈ ਅਤੇ ਮਹਾਂਪੁਰਖ ਦਰਗਾਹੀ ਬਖਸ਼ੇ ਹੋਏ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੈਠਣ ਦੇ ਲਾਇਕ ਬਣਾ ਦਿੱਤਾ ਬੋਲੋ ਸਤਨਾਮ ਕਿਉਂਕਿ ਮਹਾਂਪੁਰਖਾਂ ਦੇ ਚਰਨਾਂ ਵਿੱਚ ਸਾਧ ਸੰਗਤ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ ਅੰਗਲੇ ਤਰੈ ਭਵਨ ਸੂਝਿਆ ਗੁਰ ਭੇਟ ਪਨੀਤਾ ਜੀ ਅਤੇ ਮਹਾਂਪੁਰਖਾਂ ਦੀ ਦ੍ਰਿਸ਼ਟੀ ਹੋ ਜਾਵੇ ਨਾ ਜਿਹੜਾ ਤਾਹਾਂ ਨੂੰ ਦੇਖਦਾ ਹੈ ਕਿ ਕੌਣ ਚੜ੍ਹੇਗਾ ਕਿਵੇਂ ਜਾ ਹੋਊਗਾ ਕੰਗਾਲ ਹੋਵੇ ਤੁਰਨਾ ਹੋਵੇ ਅਪਾਜ ਹੋਵੇ ਅਤੇ ਜੇ ਕਿਤੇ ਮਹਾਂਪੁਰਖਾਂ ਦੀ ਦਇਆ ਦ੍ਰਿਸ਼ਟੀ ਪੈ ਜਾਵੇ ਤੇ ਪਿੰਗਲੇ ਨੂੰ ਵੀ ਪਹਾੜ 'ਤੇ ਚਾੜ੍ਹ ਦਿਆ ਕਰਦੇ ਨੇ ਬੋਲੋ ਸਤਨਾਮ ਜੱਗ ਦੀ ਸੋਝੀ ਨਾ ਆਉਂਦੀ ਹੋਵੇ ਸੋਝੀ ਦਵਾ ਦਿੰਦੇ ਇਹ ਮਹਾਂਪੁਰਖਾਂ ਵਿੱਚ ਤਾਕਤ ਹੈ ਅਤੇ ਸਾਧ ਸੰਗਤ ਜੀ ਮੈਂ ਸੰਗਤ ਵਿੱਚ ਜਾ ਕੇ ਬੈਠ ਜਾਣਾ ਇੱਕ ਹੁੰਦਾ ਆਪਣੇ ਆਪ ਵਿੱਚ ਬਣ ਕੇ ਜਾਣਾ ਇੱਕ ਹੁੰਦਾ ਜਿਹਦੇ ਕੋਲ ਚੱਲਿਆ ਉਹਦਾ ਬਣ ਕੇ ਚਲੇ ਜਾ ਉਹ ਦਰ ਦਾ ਭਿਖਾਰੀ ਬਣ ਕੇ ਚਲੇ ਜਾ ਕਦੇ ਖਾਲੀ ਨਹੀਂ ਮੁੜੇਗਾ ਜੇ ਆਪਣੇ ਆਪ ਵਿੱਚ ਬਣ ਕੇ ਜਾਵੇਗਾ ਖਾਲੀ ਮੁੜੇਗਾ ਕਿਉਂ ਕਿਉਂਕਿ ਆਪਣੇ ਆਪ ਵਿੱਚ ਬਣਿਆ ਹੋਇਆ ਪਹਿਲਾਂ ਦੇਖਦਾ ਮੈਂ ਬੈਠਾ ਕਿੱਥੇ ਕਿੱਥੇ ਇੱਕ ਸੋਫਾ ਲੱਗਿਆ ਹੋਇਆ ਫਿਰ ਮੈਨੂੰ ਕੋਈ ਬੁਲਾਉਂਦਾ ਹੈ ਮੈਨੂੰ ਕੋਈ ਮੱਥਾ ਟੇਕਦਾ ਮੈਂ ਜਿਹਦੇ ਦਰਸ਼ਨ ਕਰਨਾ ਮੈਨੂੰ ਕੋਈ ਬੁਲਾ ਰਹੇ ਨੇ ਪਰ ਜੇ ਤੂੰ ਉਹਨਾਂ ਦਾ ਬਣ ਕੇ ਜਾਵੇਂਗਾ ਉਸ ਦਰ ਦਾ ਭਿਖਾਰੀ ਬਣ ਕੇ ਜਾਵੇਂਗਾ ਨਾ ਫਿਰ ਸੱਚ ਮੰਜਨੀ ਜਾਵੇਂਗਾ ਭਿਖਾਰੀ ਬਣ ਕੇ ਦਾਤ ਲੈਣ ਵਾਸਤੇ ਪਰ ਜਿਹਦੇ ਚਰਨਾਂ ਵਿੱਚ ਗਿਆ ਨਾ ਫਿਰ ਖਾਲੀ ਨਹੀਂ ਮੁੜੇਗਾ ਬੋਲੋ ਸਤਨਾਮ ਬਣ ਕੇ ਭਿਖਾਰੀ ਆ ਜਾਂਦਾ ਤਾਂ ਗੁਰੂ ਵੰਡਦੇ ਨੇ ਬਣ ਕੇ ਭਿਖਾਰੀ ਆ ਜਾਂਦਾ ਤਾਂ ਗੁਰੂ ਵੰਡਦੇ ਨੇ ਬਣ ਕੇ ਭਿਖਾਰੀ ਆ ਜਾਂਦਾ ਤਾਂ ਗੁਰੂ ਵੰਡਦੇ ਨੇ ਬਣ ਕੇ ਭਿਖਾਰੀ ਆ ਜਾਂਦਾ ਤਾਂ ਗੁਰੂ ਵੰਡਦੇ ਨੇ ਬਣ ਕੇ ਭਿਖਾਰੀ ਆ ਜਾਂਦਾ
ਕਹਿੰਦਾ ਬਣ ਕੇ ਭਿਖਾਰੀ ਆ ਜਾ, ਬਣ ਕੇ ਭਿਖਾਰੀ ਆ ਜਾ, ਦਾਤਾਂ ਗੁਰੂ ਵੰਡਦੇ ਨੇ। ਬਣ ਕੇ ਭਿਖਾਰੀ ਆ ਜਾ, ਦਾਤਾਂ ਗੁਰੂ ਵੰਡਦੇ ਨੇ। ਬਣ ਕੇ ਭਿਖਾਰੀ ਆ ਜਾ, ਦਾਤਾਂ ਗੁਰੂ ਵੰਡਦੇ ਨੇ। ਬਣਾ ਬਣ ਕੇ ਭਿਖਾਰੀ ਆ ਜਾ, ਦਾਤਾਂ ਗੁਰੂ ਵੰਡਦੇ ਨੇ। ਸਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ ਤੇ ਸਹਿ ਭੁੱਖ ਨਾ ਮੂਲ। ਜਾਚਕ ਜਨ ਜਾਚੇ ਪ੍ਰਵਧਾਨ, ਕਰ ਕਿਰਪਾ ਦੇਵੋ ਹਰ ਨਾਮ। ਉਹ ਦਰ ਦੇ ਉੱਪਰ ਜਾਚਕ ਬਣ ਕੇ ਭਿਖਾਰੀ ਬਣ ਕੇ ਆ ਜਾ। ਸੱਚ ਜਾਣੀ ਜਿਹੜਾ ਭਿਖਾਰੀ ਬਣ ਕੇ ਕਿਸੇ ਦਰ 'ਤੇ ਖੜ ਗਿਆ ਨਾ, ਭਿਖਾਰੀ ਬਣ ਕੇ ਜੇ ਦਰ ਉੱਪਰ ਖੜ ਗਿਆ ਉਹ ਕਦੇ ਖਾਲੀ ਨਹੀਂ ਮੁੜਦਾ, ਕਿਉਂਕਿ ਭਿਖਾਰੀ ਬਣਿਆ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੇ ਬਚਨ ਹੈ, ਬਖਸ਼ਿਸ਼ ਕਰਦੇ ਨੇ। ਕਹਿੰਦੇ ਬਾਦਸ਼ਾਹ ਬਣਨ ਦੀ ਇੱਛਾ ਰੱਖਦਾ ਨਾ, ਦੁਨੀਆਂ ਦਾ ਕੋਈ ਰਾਜਾ ਬਣ ਗਿਆ, ਕੋਈ ਰਾਜਨੀਤਿਕ ਜਾਂ ਕੁਛ ਹੋਰ ਅਹੁਦੇਦਾਰ ਬਣ ਗਿਆ, ਬਣ ਗਿਆ ਖੁਸ਼ੀ ਹੈ, ਜਦੋਂ ਪਲਟਾ ਆਉਣਾ ਹੈ ਉਦੋਂ ਦੁੱਖ ਹੋ ਜਾਣਾ। ਜੇ ਦੁਨੀਆਂ ਦਾ ਬਾਦਸ਼ਾਹ ਬਣਨਾ ਨਾ, ਜਦੋਂ ਬਾਦਸ਼ਾਹੀ ਆ ਗਈ ਕੋਲੇ, ਕੋਈ ਅਹੁਦਾ ਆ ਗਿਆ, ਕਹਿੰਦੇ ਖੁਸ਼ੀ ਆ, ਜਦੋਂ ਖੁਸ਼ਗੀ ਗਮੀ ਆ ਜਾਣੀ ਹੈ। ਜੇ ਕਿਤੇ ਦਰਗਾਹੀ ਬਾਦਸ਼ਾਹ ਬਣੇ ਉਹ ਸਦਾ ਖੁਸ਼ੀਆਂ ਝੋਲੀ ਪੈਂਦੀਆਂ ਨੇ। ਬੋਲੋ ਸਤਨਾਮ। ਕਹਿੰਦੇ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਪਾਣੀ ਕਰ, ਚੌਂਕੜਾ ਮਾਰ, ਧਿਆਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਲੈ, ਕਿਉਂਕਿ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਗੁਰੂ ਦੇ ਚਰਨਾਂ ਦਾ ਧਿਆਨ ਧਾਰੇ, ਗੁਰਮੰਤਰ ਮੂਲ ਮੰਤਰ ਵਿੱਚ ਜੁੜ। ਕਹਿੰਦੇ ਇੱਕ ਘੰਟਾ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੇ ਮੁਖਾਰਬਨ ਤੋਂ ਅੰਮ੍ਰਿਤਮਈ ਬਚਨ ਹੈ, ਕਿਉਂਕਿ ਅੰਮ੍ਰਿਤ ਬਚਨ ਸਾਧਕੀ ਬਾਣੀ, ਇੱਕ ਸਾਧੂ ਦੀ ਰਸਨਾ ਤੋਂ ਬਚਨ ਆ ਗਿਆ ਬਈ। ਉਸ ਬਚਨ ਨੂੰ ਮੰਨ ਲਿਆ, ਕਮਾ ਲਿਆ, ਹਿਰਦੇ ਵਿੱਚ ਵਸਾ ਲਿਆ, ਆਪਣਾ ਜੀਵਨ ਅਤੇ ਸਾਧ ਸੰਗਤ ਜੀ ਗੁਰੂ ਦੇ ਆਸ਼ੀ ਅਰਪਣ ਕਰ ਦਿੱਤਾ ਹੈ, ਅਤੇ ਤੇਰਾ ਸੰਸਾਰ ਵਿੱਚ ਆਉਣਾ ਸਫਲਾ ਹੈ। ਬੋਲੋ ਸਤਨਾਮ। ਸਾਧੂ ਦਾ ਬਚਨ ਹੀ ਹੁੰਦਾ ਹੈ। ਬਚਨ ਕੀ ਹੈ ਬਈ? ਅਸੀਂ ਅੱਜ ਸਾਧੂਆਂ ਕੋਲ ਜਾਂਦੇ ਹਾਂ, ਰਾਮ ਨਾਮ ਜਪਣ ਵਾਲਿਆਂ ਕੋਲ ਜਾਂਦੇ ਹਾਂ। ਬਹੁਤ ਆਜ ਸਾਡੀਆਂ ਬੇਨਤੀਆਂ ਹੁੰਦੀਆਂ ਨੇ, ਘਰ ਦੀਆਂ, ਪਰਿਵਾਰ ਦੀਆਂ, ਰਿਸ਼ਤੇਦਾਰਾਂ ਦੀਆਂ, ਸੰਸਾਰ ਦੀਆਂ, ਬਹੁਤ ਆਜ ਦੁੱਖ ਸੁੱਖ ਅਤੇ ਜਾਂ ਬੱਚਿਆਂ ਦੀਆਂ ਬੇਨਤੀਆਂ ਹੁੰਦੀਆਂ ਨੇ। ਕੋਈ ਵਿਰਲਾ ਹੀ ਹੈ ਜਿਹੜਾ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਾਂਦਾ ਹੈ, ਜਾ ਕੇ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ, ਨਾਮ ਦੀ ਦਾਤ ਝੋਲੀ ਪਾ ਦਿਓ, ਮੇਰਾ ਸੰਸਾਰ ਦੇ ਵਿੱਚ ਆਉਣਾ ਸਫਲਾ ਹੋ ਜਾਵੇ। ਬੋਲੋ ਸਤਨਾਮ। ਸਾਧੂ ਫਿਰ ਜਿਵੇਂ ਆਪਾਂ ਦੁਖੀ ਜਾਂਦੇ ਹਾਂ, ਕੋਈ ਵੈਦ ਕੋਲ ਜਾ ਰਿਹਾ, ਕੋਈ ਡਾਕਟਰ ਕੋਲ ਜਾ ਰਿਹਾ, ਵੈਦ ਨਬਜ਼ ਦੇਖਦਾ ਹੈ, ਕਫ ਜਾਂ ਕੁਛ ਹੋਰ,
नब्ज़ देख के दवाई दिंदा है, डॉक्टर रिपोर्टा करा के दवाई दिंदा है, बीमारी का इलाज करता है। फिर साधु जन देखते हैं जिहड़ियां तू बेनतियां करदा है, जिवें वैद पुड़ियां विच दवाई दिंदा है, डॉक्टर मैडिसन दिंदा, साधु भी इलाज करदे ने। साधु धन गुरु ग्रंथ साहिब दी रब्बी बाणी तो गुरु शब्द दे दिंदे ने, एदा जाप कर तेरा उद्धार हो जाएगा। बोलो सतनाम, एदा जाप। साधु साध संगत जी सानू नाम नाल जोड़दे ने, अमृत बचन साध की बाणी। साधुआं ने आम बचन कर दिते, अमृत वेले उठिया कर, इशनान पानी करिया कर, गुरु शब्द की कमाई कर, लग जा कमाई कर। फिर जो जो जपै तिस की गत होवे, जिहड़ा जपदा ना वह परम गति की प्राप्ति कर लैंदा। जो जो जपै तिस की गत होवे, हर हर नाम नित रसन वखाणी। हरी दा नाम रसना ते आ गया, ते हरी दे नाम जपण करके जपदे जपदे जिस हरी दा नाम जपदा, एक दिन साक्षात जिस आसन ते गुरु नानक देव पातशाह बिठाई बैठा, जिहदा ध्यान धरदा उन्हें आके आसन ते साक्षात स्वरूप तेनू दीदार बख्श देने। बोलो सतनाम। निर्गुण स्वरूप दे विच अज बाबा हरभजन सिंह जी होए, सरगुण स्वरूप असी दर्शन किए। मन में अज मंग आ गई कि महाराज जी है तो साढ़े अंग संगी हो, गुर मेरा संग सदा है नाले। अज मन करता कि तुहाडे नाल कुछ बातां कर लईए, कोई बचन कर लईए, तुहाडी प्रसन्नता लै लईए। मन में पुरना बन गया बई कि महाराज तुहाडी प्रसन्नता लै लईए, तुहाडे नाल कोई बचन कर लईए। सरगुण स्वरूप च आप जी बचन करते सी, आप सानू अपने बच्चे बना के बुरकियां तोड़ के साडे मुख विच पाईआं, साडे ताकत बख्शी, अपने सेवक बनाए। ये कर कमलों नाल हत्थां नाल असी तुहाडे अंगां दी सेवा कीती, थोड़े तन दी सेवा कीती, तुसी गुरु ग्रंथ साहिब महाराज दी सेवा करदे। महाराज जी असी तुहाडी सेवा करनी, तुसी गुरु ग्रंथ साहिब दी सेवा करके धन गुरु नानक दीआं खुशियां प्राप्त करनीआं, असी तुहाडी सेवा करके असी तुहाडीआं खुशियां प्राप्त कर लईआं। बोलो सतनाम। लैनी तां खुशियां है ना, प्रसन्नता लैनी है। ते जदों मन विच आ गया, फुरना बन गया, बाबा जी अज मैं तुहाडे नाल बचन करने, क्योंकि लाड प्यार है, जांदे साधु किते भी नहीं हुंदे साध संगत। अज जदों इशनान पानी करके उहनां दे बचन नूं हिरदे विच कमाए बसाया ना, चौंकड़ा मार के बैठ गया, ध्यान धरिया कि बाबा जी मैं तुहाडे नाल गल्लां करनियां ने, मैं तुहाडा प्यार लैणा, तुसीं मेरे ते किरपा करो। सच जाणिओ जदों गुरु शब्द विच जुड़ेंगे वो समा आ जाना, जिमें सरगुण स्वरूप सानू मुकुल विच लिया, सिर तिया धर के प्यार दिता है। तो साध संगत जी अज निर्गुण स्वरूप विच भी जो ध्यान धरते हैं तो सानू साक्षात दीदार बख्शते ने। बोलो सतनाम। साढ़े न गल्लां करदे ने, ये बख्शिशां ने, अमृत बचन साध की बाणी। परम संत बाबा धन बाबा आनंद सिंह महाराज जी बचन करते हैं, कहते इशनान पानी कर, गुर शब्द की कमाई करनी है, आसन लगा के गुरु नानक देव पातशाह का ध्यान धर, ध्यान धर के दुनिया के बादशाह ने बन गए, दुनिया के बादशाह ने नहीं वोटा पईआं, ते एक दिन खुशियां ने एक दिन गमी आ जानी है। जदों तू गुरु नानक पातशाह के चरणों में बैठ गया, अपने मुरशद का ध्यान धर के बैठ गया, एक घंटा सिमर मिर जुड़ जी, सारी दिहाड़ी तो सारिया 24 घंटे तेनू दरगाह दे विच्चों बादशाही मिल जानी है। बोलो सतनाम। एक घंटा जुड़ जी ते बादशाही मिल जानी है, मिलनी कादे नाल, जदों हुण गुरु दे चरणां विच बैठेगा ना, हुण दुनियावी गल्लां तां उत्ते करनियां नहीं कोई ना भाई, साधुआं दा बचन कमाउणा है। ते साधु बचन करदे आ भाई, अमृत वेले उठ, इशनान पानी कर, गुरु शब्द दी कमाई विच जुड़, सिमरन कर। जिन्हां ने सिमरन किया ना, ओ सिमर सिमर सुख पावो, सिमरो सिमर प्यारे न, सिमर सिमर सुख पावो, सिमरो सिमर प्यारे न, सिमरो सिमर सुख पावो, सिमरो सिमर प्यारे न।
सिमरो सिमर प्यारे ने, सिमरो सिमर प्यारे ने, सिमरो सिमर पावो सिमरो सिमर प्यारे सिमर सुख पावो कल कलेश तन माही मटावो। क्यों तागीद करते ने महापुरख के घर बिर सुखमनी साहब का पाठ करो भाई, सुखां दी मणी है जिहदा सिमरन करके जिहड़े घरां दे विच कलेश ने वह भी मिट जाने, जिहड़े अंदरले घर विच कलेश चलते आ ना वह भी मिट जाने। हैं बोलो सतनाम, जिहड़े घरां विच कलेश चलते आ ना वह भी मिट जाने हैं, वह भी कट्टी होकर बैठन लग जाना। एक हिरदा रूपी घर है, बारले कलेश तो देखता, कदे अंदर झात मार के देखे अंदर भी भड़थू नहीं पिया पिया। बोलो सतनाम, ये अंदरला जिहड़ा कलेश है ना, बाहरला कलेश तो चलो तुहाडे कोई सूझवान सज्जन को रिश्तेदार कोई पंचायत कोई होर आके तुहाडी सोलह करा दूगी, तुहानू कट्ठे बिठा दूगी। जिहड़ा अंदरला कलेश है ना वह गुरशब्द की कमाई दे नाल ही मिटना। बोलो सतनाम, आ संगत विच बैठ के मिटना, आ दरबार विच आके मिटना, महापुरखां दे चरणां विच आके मिटना। महापुरख साध संग जी आप जपे वरा नाम जपावे, नाले आप परमेश्वर का सिमरन करते आ, नाले संगतां नूं परमेश्वर का सिमरन कराउंदे आ। विचार कर रहे हन कि बाबा जी अज मैं तुहाडे नाल गल्लां करनियां ने। सत जाणियो नानक सर भगती शक्ति का घर, मौजूदा महापुरख संत बाबा गुरजीत सिंह जी जो धन गुरु ग्रंथ साहिब महाराज की सेवा कर रहे ने, मैं वडियाई नहीं कर रहा, हुण मेरे सामने आ गए। बोलो सतनाम, आनंद की गल चली है ना, गुरु नाल गल्लां करन दी गल चली है कि महापुरख तुसीं सानूं प्यार दिता, गल्लां करन दी गल चली है ना, मैं तुहाडे नाल विचार करनी है। मैं नानकसर दी धरती ते चले गया, अज बाबा गुरजीत सिंह जी मेरे कोल बैठे, साडे दरम्यान वचन चलिया श्रीमान संत बाबा बलवंत सिंह जी सिद्ध सरसोड़ा साहिब वालिआं दा। कहिंदे उह धारना पढ़िया करदे सन, सारी दुनिया ते अत्र वरता गए, धन धन बाबा अत्र सिंह जी मस्तुआणा साहिब वाले, सारी दुनिया ते अत्र वरता गए, धन धन बाबा अत्र सिंह जी। फिर समत दित्ती बाबा गुरजीत सिंह जी ने, आओ मैं उतारना पढ़ रहा, मैं ऋणी हाँ श्रीमान संत बाबा बलवंत सिंह जी सिद्ध सर छोड़ा साहब वाले। आ जड़े आत रखे ना बाजे ते, मैं किसी उस्ताद नहीं धारिया कि तू सिखिया नहीं, ये उन्हां दा थापड़ा ही है। बोलो सतनाम, कहिंदे भज्जिया फिरू, कमाल दी गल, उन्हां दा थापड़ा ही है। ते साध संग जी वह कहिंदे संत बाबा अत्र सिंह महाराज जी अत्र वरता गए, एक गए हुंदा भी चलो इंसान चले गया, अज जी आपां कहिंदे आ सारी दुनिया ते आनंद वरता गए, आनंद अज भी वरतदा ही है। बोलो सतनाम,
आनंद अज भी वरतदा है। सुबह शाम दीदार करते हो आ बैठे ठाण नानक सर बड़ैं च आनंद वरतदा है। जिथे सतसंग जी बाबा हरभजन सिंह याद कर रहे हैं उत्थे वड्डे बाबा भजन सिंह जी जिन्हां दा कल नूं जन्मदिन है। हरी के पत्तन बाबा हरी सिंह जी जिवें बाबा लखवीर सिंह जी भैणी तन बाबा हरभजन सिंह जी आंदे तन दी मन दी सेवा कीती तन मन करके ते बाबा हरी सिंह जी और बेअंत सेवा सेवादारां ने सेवा कीती ते कल नूं दास ने उत्थे भी हाजरी भरनी है दिने साध संग जी उस स्थान के उपर ते उत्थे फिर की होना है इत्थे की हो रहा इत्थे भी धन बाबा आनंद सिंह महाराज तुसीं वरत रहे हो। जिथे जिथे तुहातों वरसाया तुहाडे चरणां दा भौरा कोई बैठ गया ना उत्थे ही आप जिया ने ओ सारी दुनिया ते आनंद वरताउंदे धन धन बाबा आनंद सिंह जी सारी दुनिया ते आनंद वरताउंदे धन धन बाबा आनंद सिंह जी सारी धन धन बाबा आनंद ताकत होया कर दी पावर होया कर दी है। मेरे मालक बख्शिश करते ने जड़ा दुनिया के काम होना नहीं डॉक्टर जवाब दे देन वो फिर साधु बख्शिश करते ने बोलो सतनाम पिंगल पर्वत पार परे कल चतर बकीता राम पवन सूजिया गुर पेट पुनीता एहो जहे महात्मा साधु नाम जपण वाले नाम शकिया नु मेरे मालक कहंदे महिमा साधु संग की सुनो मेरे मीता उन्हां दी महिमा नु कोई वर्णन नहीं कर सकता। साध संग जी आओ मैं समाप्ति वल जावां मेरा समा तकरीबन थोड़े जे मिनट रह गए ने ते साध संग जी अज सियाड़ दी धरती दे उपर धन बाबा हरभजन सिंह जी कहिंदे पता नहीं कोई गलती हो गई होनी है अज समत मिलूगी। श्री हजूर बाबा जी सियाड़ साहिब वाले ने प्रसाद हाथ विच फड़िया अपनी दया दृष्टि नाल धन बाबा हरभजन सिंह जी वल देख रहे ने देखिया हैड रागी भाई केर सिंह जी वाल हाथ फड़े बाबा हरभजन सिंह जी आते ये उन्होंने आप अपनी पाक पवित्र रसना तो इस कुकर से बख्शिश की बोलो सतनाम ये नहीं कि अपनी वड्याई की उन्होंने नहीं वो कहें साधुओं की अख कि दूर दृष्टि वाली होंगी है दृष्टि कि
दूर अंदेशी नाल देखते नहीं, सानू तो पता ही नहीं सी। कहने मेरे हाथ कमर फड़े, हाथ फड़ के कहने वाले प्रसाद दिता, कहते तकड़ा हो जा, कोई बड़ी सेवा तेरी झोली में पैनी है। बोलो सतनाम, तकड़ा हो जा, बड़ी सेवा तेरी झोली में पैनी है। जदों धन गुरु ग्रंथ साहिब महाराज जी की सेवा मिली, सचखंड दरबार की सेवा मिली, उदों नेत्रां विचों वैराग खुशियां दे जल आ गए, ध्यान चले गए सियाण साहब की धरती ते कि धन बाबा जी तुसी एक दिन आ बचन किया सी, मैनू नहीं पता सी कि वड्डी सेवा मिलनी आ, पर अज जदों आ सचखंड दरबार की सेवा आप जी ने कृपा की, धन बाबा आनंद सिंह महाराज ने कृपा की, अज अखां खुलियां कि तुहाड़ी किन्नी दूर अंदेशी होया करदी है। बोलो सतनाम, आओ साध संग जी, जे महापुरखां दी आपां यादा मना रहे हैं, जिथे अखंड जाप बाणी दे चल रहे ने, बाणी दीआं लड़ियां, गुरबाणी दी लड़ियां, कीर्तन दीआं झड़ियां, दास तों बाद वी बेअंत महापुरखां ने तुहाडे दीदार करने ने, इसे करके भगत कबीर जी बख्शिश करदे ने, इह समां भाई वार वार नहीं मिलना। कबीर लूटना है तो लूट लै, राम नाम है लूट, फिर पाछे पछताओगे जब प्राण जाएंगे छूट, मगरों कुछ नहीं हाथ में आना ना, आ समा है भागा वाले जी लुट दे राम नाम दी, भागा वाले जी लुट लुट दे राम नाम दी, लुट लुट दे राम, भागा वाले जी लुट लुट दे राम नाम दी, भागा भागा साढ़े सत्कार जो बाबा लखबीर सिंह जी पैनी, इस समागम की साध संग जी महान बख्शिशा साढ़े ते कीतियां ने, रहिंदे दिनां विच भी आप भी आओ, होरना संगतां नूं प्रेर के लैके आओ कि राम नाम की लुट पैंदी आ। बई दुनिया की लुट तो हर एक लुटदा है, भागां वाले राम नाम की लुट लुटदे ने। महापुरखां दे बचनां नूं कमाईए, अमृत वेले उठो, इशनान पानी करो, गुर शब्द की करो कमाई, फिर सतगुरां दे पावन चरणां च लो असीस, ए लोक सुखीए परलोक सुहेले, नानक हर प्रभ आपे मेले, होइयां तमाम पुलां दी खिमा बख्शो जी। हुण सारी संगत बुलाओ फतेह, पाओ फतेह, गज वज के आखो जी वाहिगुरु जी का खालसा, वाहिगुरु जी की फतेह। प्यारी